ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅੱਜ ਸਿੱਖ ਜਥੇਬੰਦੀਆਂ ਮਿਲਣਗੀਆਂ। ਜਥੇਦਾਰ ਸਾਹਿਬਾਨ ਨੂੰ ਗੁਰਮਤਾ ਸੌਂਪਣਗੀਆਂ ਸਿੱਖ ਜਥੇਬੰਦੀਆਂ। ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਬਾਰੇ ਵੀ ਇਸ ਦੌਰਾਨ ਚਰਚਾ ਹੋ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਵਿਖੇ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਪਾਰਟੀ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਮੰਗ ਜੋ ਹੈ ਉਹ ਕੀਤੀ ਜਾ ਰਹੀ ਹੈ। 30 ਅਗਸਤ ਤੋਂ ਸੁਖਬੀਰ ਬਾਦਲ ਦੇ ਮਾਫ਼ੀਨਾਮੇ ਤੋਂ ਪਹਿਲਾਂ ਜਥੇਬੰਦਾਰ ਦੇ ਨਾਲ ਇਹ ਅਹਿਮ ਮੁਲਾਕਾਤ ਸਿੱਖ ਜਥੇਬੰਦੀਆਂ ਦੀ ਹੋਣ ਜਾ ਰਹੀ ਹੈ। ਤਾਂ ਇਸ ਮੁਲਾਕਾਤ ਦੇ ਦੌਰਾਨ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਜੋ ਵਿਵਾਦ ਛਿੜਿਆ ਹੋਇਆ ਉਸ ਤੇ ਵੀ ਚਰਚਾ ਹੋ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜੋ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਤੇ ਸਾਰੀ ਜਾਣਕਾਰੀ ਜੋ ਹੈ ਉਹ ਦਿੱਤੀ ਜਾਏਗੀ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜੋ ਹੈ ਸਿਆਸੀ ਪਾਰਟੀ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਜੋ ਹੈ ਮੰਗ ਇਹਨਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। 30 ਅਗਸਤ ਨੂੰ ਸੁਖਬੀਰ ਬਾਦਲ ਦੇ ਮਾਫ਼ੀਨਾਮੇ ਤੋਂ ਪਹਿਲਾਂ ਇਹ ਜਥੇਦਾਰ ਦੇ ਨਾਲ ਜੋ ਹੈ ਅਹਿਮ ਮੁਲਾਕਾਤ ਦੱਸੀ ਜਾ ਰਹੀ ਹੈ। ਸਾਡੇ ਨਾਲ ਸਾਡੇ ਸਹਿਯੋਗੀ ਸਰਵਨ ਸਿੰਘ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ, ਉਹਨਾਂ ਨਾਲ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਾਂਗੇ। ਸਰਵਨ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਅੱਜ ਜੋ ਮੁਲਾਕਾਤ ਕੀਤੀ ਜਾਣੀ ਹੈ, ਮੰਗ ਉਹਨਾਂ ਦੀ ਸਭ ਤੋਂ ਵੱਡੀ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਪਾਰਟੀ ਦੇ ਕਬਜ਼ੇ ਤੋਂ ਮੁਕਤ ਕੀਤੀ ਜਾਏ। ਬਿਲਕੁਲ ਤਜਿੰਦਰ, ਸਿੱਧੇ ਸ਼ਬਦਾਂ ਵਿੱਚ ਗੱਲ ਕਰੀ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਉਸ ਤੋਂ ਜਿਹੜਾ ਮੁਕਤ ਕਰਾਉਣ ਦੀ ਗੱਲ ਇਹ ਕੀਤੀ ਜਾ ਰਹੀ ਹੈ ਕਿ ਕਈ ਜਥੇਬੰਦੀਆਂ ਜਿਹੜੀਆਂ ਨੇ ਉਹ ਵੱਡੀਆਂ ਜਥੇਬੰਦੀਆਂ ਜਿਹੜੀਆਂ ਸਿੱਖ ਨੁਮਾਇੰਦਗੀ ਕਰਦੀਆਂ ਨੇ ਉਹ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪਹੁੰਚ ਕੇ ਮੁਲਾਕਾਤ ਕਰਨਗੀਆਂ ਤੇ ਆਪਣੇ ਜਿਹੜੇ ਨੇ ਉਹ ਮੰਗ ਪੱਤਰ ਜਿਹੜੇ ਆ ਉਹਨਾਂ ਵੱਲੋਂ ਸੌਂਪੇ ਜਾਣਗੇ। ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਅੱਜ ਇੱਕ ਵੱਡਾ ਦਿਨ ਹੈ, ਸਮੂਹ ਸਿੱਖ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਕਰਕੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਉਹਨਾਂ ਵੱਲੋਂ ਕੀਤੀ ਜਾਵੇਗੀ ਔਰ ਕੀ ਕੁਝ ਫੈਸਲੇ ਜਿਹੜੇ ਲਏ ਜਾਂਦੇ ਨੇ ਇਹਦਾ ਮੀਡੀਆ ਦੇ ਨਾਲ ਜਦ ਗੱਲਬਾਤ ਕਰਨਗੇ ਤਾਂ ਬਾਅਦ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਅਨੁਸਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿਆਸੀ ਪਾਰਟੀ ਤੋਂ ਮੁਕਤ ਕਰਵਾਉਣ, ਦੂਸਰਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ, 30 ਅਗਸਤ ਨੂੰ ਜਿਹੜੀਆਂ ਜਥੇਦਾਰਾਂ ਦੀ ਇਕੱਤਰਤਾ ਹੋਣੀ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਵੇ, ਕਿਸ ਤਰ੍ਹਾਂ ਦੀ ਸਜ਼ਾ ਜਿਹੜੀ ਉਸ ਉਹਨਾਂ ਵਾਸਤੇ ਨਿਯਤ ਕੀਤੀ ਜਾਵੇ, ਇਸ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਜਾਣਾ ਔਰ ਇਸ ਦੇ ਨਾਲ ਹੀ ਹੋਰ ਕਈ ਪੰਥਕ ਮਸਲੇ ਜਿਹੜੇ ਨੇ ਉਹ ਵੀ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖੇ ਜਾਣਗੇ ਤੇ ਨਾਲ ਹੀ ਕੰਗਣਾ ਰਣੌਤ ਦੀ ਆ ਰਹੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਜਿਹੜਾ ਉਹ ਵੱਡਾ ਵਿਵਾਦ ਛਿੜਿਆ ਉਸ ਤੇ ਵੀ ਜਿਹੜੀ ਗੱਲਬਾਤ ਹੋ ਸਕਦੀ ਹੈ, ਕਿਉਂਕਿ ਕੰਗਣਾ ਰਣੌਤ ਦੀ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦੇ ਕਿਰਦਾਰ ਨੂੰ ਬੜਾ ਹੀ ਭੱਦਾ ਜਿਹੜਾ ਉਹ ਦਿਖਾਇਆ ਗਿਆ, ਖਾਲਿਸਤਾਨ ਦੀ ਮੰਗ ਕਰਦੇ ਹੋਏ ਦਿਖਾਇਆ ਗਿਆ, ਸਿੱਖਾਂ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਇਸ ਫਿਲਮ ਦੇ ਵਿੱਚ ਕੀਤੀ ਗਈ ਹੈ। ਫਿਲਹਾਲ ਉਸ ਫਿਲਮ ਦੇ ਵਿੱਚ ਵੀ ਜਿਹੜਾ ਉਸ ਫਿਲਮ ਦੇ ਬਾਰੇ ਵੀ ਵਿਚਾਰ ਜਿਹੜਾ ਹੋ ਸਕਦਾ, ਜਿਸ ਨੂੰ ਲੈ ਕੇ ਸਮੂਹ ਜਥੇਬੰਦੀਆਂ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਜਾ ਰਹੇ ਨੇ। ਜੀ ਸਰਵਨ, ਵੱਖ ਵੱਖ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਹੋਏਗੀ, ਕਿੰਨੇ ਕੁ ਵਜੇ ਜੋ ਕਿਹਾ ਜਾ ਰਿਹਾ ਸਿੱਖ ਜਥੇਬੰਦੀਆਂ ਉੱਥੇ ਪਹੁੰਚਣਗੀਆਂ ਤੇ ਮੁਲਾਕਾਤ ਕੀਤੀ ਜਾਣੀ ਹੈ? ਦੇਖੋ 11 ਵਜੇ ਦਾ ਤਜਿੰਦਰ ਸਮਾਂ ਰੱਖਿਆ ਗਿਆ, 11 ਵਜੇ ਸਮੂਹ ਜਥੇਬੰਦੀਆਂ ਜਿਹੜੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਜਾਣਗੀਆਂ ਔਰ ਇਹਦੇ ਵਿੱਚ ਘੱਟੋ ਘੱਟ 10 ਤੋਂ 12 ਜਥੇਬੰਦੀਆਂ ਜਿਹੜੀਆਂ ਭਾਗ ਲੈ ਰਹੀਆਂ, ਚਾਹੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹੋਵੇ ਜਾਂ ਹੋਰ ਜਥੇਬੰਦੀਆਂ ਨੇ, ਉਹਨਾਂ ਵੱਲੋਂ ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਕੀਤੀ ਜਾਵੇਗੀ, ਫਿਰ ਉਹਨਾਂ ਨੂੰ ਮੰਗ ਪੱਤਰ ਸੌਂਪ ਕੇ ਬਾਅਦ ਦੇ ਵਿੱਚ ਮੀਡੀਆ ਦੇ ਨਾਲ ਜਿਹੜੀ ਹੈ ਉਹਨਾਂ ਵੱਲੋਂ ਗੱਲਬਾਤ ਕੀਤੀ ਜਾਵੇਗੀ। ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦੱਸਣਗੇ ਕਿ ਉਹਨਾਂ ਨੇ ਕਿਹੜੇ ਕਿਹੜੇ ਮੁੱਦੇ ਅਕਾਲ ਤਖ਼ਤ ਸਾਹਿਬ ਦੇ ਅੱਗੇ ਚੁੱਕੇ ਹਨ। ਇਹਨਾਂ ਵਿੱਚੋਂ ਸਭ ਤੋਂ ਵੱਡਾ ਮੁੱਦਾ ਤਾਂ ਜੋ ਗੱਲਬਾਤ ਉਹਨਾਂ ਦੇ ਨਾਲ ਹੋਈ ਹੈ ਸਿਆਸੀ ਪਾਰਟੀ ਤੋਂ ਜਿਹੜਾ ਅਕਾਲ ਤਖ਼ਤ ਸਾਹਿਬ ਨੂੰ ਮੁਕਤ ਕਰਵਾਉਣਾ, ਕਿਉਂਕਿ ਅਕਾਲ ਤਖ਼ਤ ਸਾਹਿਬ ਤੇ ਅਕਸਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਕਤ ਸਿਆਸੀ ਪਾਰਟੀ ਦਾ ਦਬਾਅ ਜਿਹੜਾ ਉਹ ਲਗਾਤਾਰ ਬਣਿਆ ਹੋਇਆ, ਇਸ ਪਾਰਟੀ ਇਸ ਦਬਾਅ ਤੋਂ ਮੁਕਤ ਕਰਨ ਵਾਸਤੇ ਸਿਆਸੀ ਪਾਰਟੀ ਤੋਂ ਮੁਕਤ ਕਰਵਾਉਣ ਲਈ ਜਿਹੜਾ ਮੇਨ ਮੁਲਾਕਾਤ ਜਿਹੜੀ ਹੋਣੀ ਹੈ। ਇਸ ਤੋਂ ਇਲਾਵਾ ਜਿਹੜੀ 30 ਅਗਸਤ ਨੂੰ ਪੰਥਕ ਇਕੱਤਰਤਾ ਹੋਣੀ ਹੈ ਜਥੇਦਾਰਾ ਸਾਹਿਬ ਦੀ, ਉਹਨਾਂ ਦੇ ਵਿੱਚ ਜੋ ਫੈਸਲਾ ਸੁਖਬੀਰ ਬਾਦਲ ਦੇ ਖਿਲਾਫ਼ ਲਿਆ ਜਾਣਾ ਉਸ ਦੇ ਸੰਬੰਧ ਦੇ ਵਿੱਚ ਵੀ
ਜਿਹੜੀ ਆ ਉਹ ਗੱਲਬਾਤ ਹੋਵੇਗੀ ਤੇ ਨਾਲ ਹੀ ਕੰਗਣਾ ਰਣੌਤ ਦੀ ਆ ਰਹੀ ਫਿਲਮ ਬਾਰੇ ਵੀ ਜਿਹੜੀ ਚਰਚਾ ਖਿੜ ਸਕਦੀ ਆ। ਪਰ ਸਭ ਤੋਂ ਵੱਡਾ ਮੁੱਦਾ ਇੱਥੇ ਸਿਆਸੀ ਪਾਰਟੀ ਤੋਂ ਮੁਕਤ ਕਰਵਾਉਣਾ ਤੇ ਜਿਹੜਾ 30 ਅਗਸਤ ਨੂੰ ਜਿਹੜੀ ਇਕੱਤਰਤਾ ਹੋਣ ਜਾ ਰਹੀ ਹੈ ਉਸਦੇ ਵਿੱਚ ਕੀ ਸਜ਼ਾ ਸੰਗੀਤਪਾਲ ਨੂੰ ਸਜਾਈ ਜਾਣੀ ਹੈ, ਦੋ ਮੁੱਦੇ ਨੇ ਜਿਹਨਾਂ ਤੇ ਅਹਿਮ ਚਰਚਾ ਹੋ ਸਕਦੀ ਹੈ। ਜੀ ਜੀ ਚਵਨ, ਸਭ ਤੋਂ ਵੱਡਾ ਮੁੱਦਾ ਤਾਂ ਇਹ ਕਿ ਸਿਆਸੀ ਪਾਰਟੀਆਂ ਤੋਂ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਕਤ ਕਰਵਾਉਣਾ। ਇੱਕ ਵੱਡਾ ਮੁੱਦਾ ਹੈ ਸੁਖਬੀਰ ਬਾਦਲ ਦਾ, 30 ਅਗਸਤ ਤੋਂ ਉਹਨਾਂ ਤੇ ਫੈਸਲਾ ਕੀਤਾ ਜਾਣਾ। ਉਸ ਤੋਂ ਪਹਿਲਾਂ ਜੋ ਇਹ ਮੁਲਾਕਾਤ ਹੋਣੀ ਹੈ, ਮੰਗ ਪੱਤਰ ਜੋ ਸੌਂਪਿਆ ਜਾਣਾ ਹੈ, ਉਹ ਵੀ ਕਾਫੀ ਅਹਿਮ ਮੰਨਿਆ ਜਾਂਦਾ ਹੈ। ਕੀ ਕੁਛ ਇਸ ਵਿੱਚ ਮੰਗਾਂ ਹੋ ਸਕਦੀਆਂ ਨੇ ਤੇ ਸੁਖਬੀਰ ਬਾਦਲ ਦੇ ਖਿਲਾਫ ਕੀ ਕੁਛ ਕਾਰਵਾਈ ਦੀ ਜੋ ਮੰਗ ਹੈ ਉਹ ਕੀਤੀ ਜਾ ਸਕਦੀ ਹੈ? ਦੇਖੋ ਤਜਿੰਦਰ, ਪਹਿਲਾਂ ਹੀ ਦੇਖਿਆ ਜਾਵੇ ਤਾਂ ਜਦੋਂ ਤੋਂ ਸ਼ਿਕਾਇਤ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੀ ਹੈ, ਲਗਾਤਾਰ ਇਸ ਚੀਜ਼ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਮੰਗ ਪੱਤਰ ਦੇਣ ਦਾ ਜਿਹੜਾ ਸਿਲਸਿਲਾ ਲਗਾਤਾਰ ਜਥੇਬੰਦੀਆਂ ਵੱਲੋਂ ਜਾਰੀ ਹੈ। ਉਹ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਲਗਾਤਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਮੁਲਾਕਾਤ ਵੀ ਕਰ ਰਹੇ ਨੇ, ਕਿਉਂਕਿ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਜਾਂ ਸਿੱਖ ਆਗੂ ਨੇ, ਇਹਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਹਿਜ਼ ਭਾਂਡੇ ਮਾਂਜਣ ਜਾਂ ਡੂੜੇ ਮਾਂਜਣ ਦੀ ਡੂੜੇ ਸਾਫ਼ ਕਰਨ ਦੀ ਸੇਵਾ ਦੇ ਕੇ ਜਿਹੜਾ ਸਜ਼ਾ ਦੇ ਕੇ ਜਿਹੜਾ ਮੁਕਤ ਨਾ ਕਰ ਦਿੱਤਾ ਜਾਵੇ, ਕਿਉਂਕਿ ਜੋ ਬਦਰ ਗਲਤੀ ਉਹਨਾਂ ਵੱਲੋਂ ਕੀਤੀ ਹੁੰਦੀ ਹੈ, ਚਾਹੇ ਕੋਟਕਪੁਰਾ ਗੋਲੀਕਾਂਡ ਹੋਵੇ, ਸੌਦਾ ਸਾਹਿਬ ਨੂੰ ਮਾਫੀ ਦੀ ਗੱਲ ਹੋਵੇ, ਹੋਰ ਵੀ ਜਿਹੜੀਆਂ ਕਈ ਘਟਨਾ ਵਾਪਰੀਆਂ ਨੇ, ਬੰਗਾੜੀ ਕਾਂਡ ਵਾਪਰਿਆ, ਉਸ ਸੰਬੰਧ ਵਿੱਚ ਸਭ ਤੋਂ ਸਖ਼ਤ ਸਜ਼ਾ ਜਿਹੜੀ ਦਿੱਤੀ ਜਾਣੀ ਚਾਹੀਦੀ ਹੈ। ਕੁਝ ਜਥੇਬੰਦੀਆਂ ਵੱਲੋਂ ਤਾਂ ਇਹਨਾਂ ਨੂੰ ਰਾਜਨੀਤੀ ਤੋਂ 5 ਸਾਲ ਦੇ ਲਈ ਨਾਭੇ ਕਰਨ ਦੀ ਗੱਲ ਵੀ ਜਿਹੜੀ ਆਖੀ ਜਾ ਰਹੀ ਹੈ, ਔਰ ਦੂਸਰੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਇਆ ਸਾਡਾ ਸੀ, ਉਹ ਲਗਾਤਾਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਭੇ ਕਰਨ ਦੀ ਗੱਲ ਵੀ ਕਰਿਆ ਤੇ ਨਾਲ ਹੀ ਪਾਰਟੀ ਤੋਂ ਵੀ ਕੁਝ ਸਮਾਂ ਲਾਭੇ ਕਰਨ ਲਈ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਜਨਤਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬਾਦਲ ਪਰਿਵਾਰ ਦਾ ਨਹੀਂ ਹੈ, ਜਿੱਥੇ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਮੁਕਤ ਕਰਨਾ ਹੈ, ਉੱਥੇ ਨਾਲ ਹੀ ਬਾਦਲ ਪਰਿਵਾਰ ਤੋਂ ਮੁਕਤ ਕਰਨ ਦਾ ਵੀ ਇੱਕ ਵੱਡਾ ਏਜੰਡਾ ਜਿਹੜੀਆਂ ਜਥੇਬੰਦੀਆਂ ਲੈ ਕੇ ਆ ਰਹੀਆਂ ਨੇ। ਫਿਲਹਾਲ ਜੇਕਰ ਗੱਲ ਕਰੀਏ ਤਾਂ ਹੁਣ ਅੱਜ ਪਤਾ ਲੱਗੇਗਾ ਕਿ ਕਿਹੜੀ ਕਿਹੜੀ ਜਥੇਬੰਦੀ ਜਿਹੜੀ ਇੱਥੇ ਸ਼ਾਮਲ ਹੋਗੀਆਂ, 10 ਤੋਂ 12 ਜਥੇਬੰਦੀਆਂ ਸ਼ਾਮਲ ਹੋ ਜਾਣ। ਮੇਨ ਮੁੱਦਾ ਇਹੀ ਵਿੱਚ ਰਹਿਣ ਵਾਲਾ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਹੈ ਉਹ 30 ਅਗਸਤ ਨੂੰ ਜੋ ਫੈਸਲਾ ਹੋਣਾ ਕਿਸ ਤਰ੍ਹਾਂ ਦਾ ਹੋਵੇ, ਸਖ਼ਤ ਸਜ਼ਾ ਜਿਹੜੀ ਦਿੱਤੀ ਜਾਵੇ, ਤੇ ਨਾਲ ਹੀ ਸਿਆਸੀ ਪਾਰਟੀ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਕਾਲ ਤਖ਼ਤ ਸਾਹਿਬ ਤੇ SGPC ਨੂੰ ਜਿਹੜਾ ਮੁਕਤ ਕਰਵਾਇਆ ਜਾ ਸਕਦਾ। ਜੀ ਠੀਕ ਹੈ, ਸ਼ੁਕਰੀਆ ਸਰਵਨ। ਇਸੇ ਤਰ੍ਹਾਂ ਤੁਹਾਡੇ ਤੋਂ ਜਾਣਕਾਰੀ ਅੱਗੇ ਵੀ ਅਸੀਂ ਲੈਂਦੇ ਰਵਾਂਗੇ, ਅਪਡੇਟ ਜੋ ਇਸ ਮਾਮਲੇ ਦੇ ਵਿੱਚ ਅਸੀਂ ਲੈਂਦੇ ਰਵਾਂਗੇ। ਇਹ ਜੋ ਅੱਜ ਸਿੱਖ ਜਥੇਬੰਦੀਆਂ ਦੇ ਵੱਲੋਂ ਮੁਲਾਕਾਤ ਕੀਤੀ ਜਾਣੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ, ਜੋ ਇਹਨਾਂ ਵੱਲੋਂ ਪੇਸ਼ ਹੋਣਾ ਹੈ, ਉਹਨਾਂ ਵੱਲੋਂ ਜੋ ਹੈ ਮੀਟਿੰਗ ਇੱਥੇ ਕੀਤੀ ਜਾਏਗੀ, ਤਾਂ ਕਾਫੀ ਅਹਿਮ ਰਹਿਣ ਵਾਲੇ ਹੈ। ਮੰਗ ਪੱਤਰ ਉਹਨਾਂ ਵੱਲੋਂ ਜੋ ਸੌਂਪਿਆ ਜਾਏਗਾ, ਕਿਹੜੀਆਂ ਮੰਗਾਂ ਇਸ ਵਿੱਚ ਜੋ ਹੈ ਉਹਨਾਂ ਵੱਲੋਂ ਰੱਖੀ ਜਾਏਗੀ, ਇਹ ਵੇਖਣਾ ਕਾਫੀ ਅਹਿਮ ਰਹਿਣਾ ਰਹੇਗਾ।